ਲੁਧਿਆਣਾ ਗਿੱਲ ਰੋਡ ਦੇ ਉੱਤੇ ਸਥਿਤ ਸਾਈਕਲ ਮਾਰਕੀਟ ਦੇ ਵਿੱਚ 3 ਮੰਜ਼ਲਾ ਦੁਕਾਨ ਨੂੰ ਭਿਆਨਕ ਅੱਗ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ। ਦੇਖਦੇ ਹੀ ਦੇਖਦੇ ਅੱਗ ਦਾ ਭਿਆਨਕ ਰੂਪ ਵੇਖਣ ਨੂੰ ਮਿਲਿਆ। ਜ਼ਿਕਰਯੋਗ ਹੈ ਕਿ ਇਸ ਭਿਆਨਕ ਅੱਗ ਨੇ ਕਈ ਸਾਈਕਲ ਆਪਣੀ ਚਪੇਟ ਦੇ ਵਿੱਚ ਲੈ ਲਏ। ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉੱਤੇ ਪਹੁੰਚੀਆਂ, ਜਿਨ੍ਹਾਂ ਦਾ ਕਹਿਣਾ ਸੀ ਕਿ ਅੱਗ ਲੱਗਣ ਦੇ ਕੀ ਕਾਰਨ ਨੇ ਇਹ ਤਾਂ ਸਾਫ਼ ਨਹੀਂ ਹੋ ਸਕਿਆ ਹੈ, ਪਰ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਉੱਤੇ ਪਹੁੰਚ ਕੇ ਅੱਗ ਦੇ ਉੱਤੇ ਕਾਬੂ ਪਾਇਆ। ਗਨੀਮਤ ਰਹੀ ਕਿ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ। ਦੇਖੋ ਜੀ, ਇੱਥੇ ਨਾ ਅਰਜਿੰਦਰਾ ਸਾਈਕਲ ਸਾਈਕਲ ਮਾਰਕੀਟ ਦੇ ਵਿੱਚ ਅੱਗ ਲੱਗ ਗਈ ਹੈ ਇੱਕ ਬਿਲਡਿੰਗ ਨੂੰ। ਅਸੀਂ ਪਹੁੰਚ ਗਏ ਹਾਂ, ਫਾਇਰ ਬ੍ਰਿਗੇਡ ਵੀ ਪਹੁੰਚ ਗਈ, ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਕੁਛ ਕਾਬੂ ਪਾ ਲਿਆ। ਇਹ ਜੀ ਨਿਊ ਸਾਈਕਲ ਮਾਰਕੀਟ ਗਿੱਲ ਰੋਡ ਦੇ ਵਿੱਚ ਇੱਕ ਦੁਕਾਨ ਦੇ ਵਿੱਚ ਅੱਗ, ਉੱਥੇ ਫਾਇਰ ਟੈਂਡਰ, 4 ਫਾਇਰ ਟੈਂਡਰ ਔਨ ਦੀ ਸਪੋਟ ਪਹੁੰਚ ਚੁੱਕੇ ਆ, ਆਪਾਂ ਅੱਗ ਬੁਝਾਉਣ ਦਾ ਕੰਮ ਕੀਤਾ ਹੋਇਆ। ਸਾਈਕਲ ਬਣਦਾ ਜੀ ਜਿੰਦਰਾ ਤੇਲ ਚਾਰ ਕੋਈ ਜਾਨੀ ਮਾਨ ਨੂੰ ਸਾਨੂੰ ਇਹ